ਤੇ ਨਾਲ ਨਾਲ ਇੱਕ ਇਹੋ ਜੀ ਕਲਾਕਾਰਾ ਇਹੋ ਜੀ ਫਨਕਾਰਾ ਜਿੱਥੋਂ ਮੈਂ ਕਹਾਂਗੀ ਕਿ ਲੋਕ ਗੀਤ ਦੀ ਵਿਰਾਸਤ ਨੂੰ ਸੰਭਾਲਣ ਦਾ ਇੱਕ ਹੀਲਾ ਸੀ ਉਹ ਸ਼ੁਰੂ ਹੋਇਆ ਕਿਉਂਕਿ ਕਹਿੰਦੇ ਨੇ ਕਿ ਜੇ ਕਿਸੇ ਨੂੰ ਦੁਆ ਦੇਣੀ ਹੋਏ ਤੇ ਕਹਿਣਾ ਚਾਹੀਦਾ ਕਿ ਰੱਬ ਕਰੇ ਤੇਰੀ ਲੋਕ ਗੀਤ ਜਿਹੜੀ ਉਮਰ ਹੋਵੇ ਤੇ ਇਸ ਫਨਕਾਰਾ ਨੇ ਇਹ ਸਿੱਧ ਕੀਤਾ ਕਿ ਵਾਕਈ ਇਹ ਧਰੋਹਰ ਇਹੋ ਜਿਹੀ ਹੈ ਜਿਸ ਨੂੰ ਸਾਂਭ ਕੇ ਤੁਸੀਂ ਦੁਨੀਆ ਦੇ ਉਸ ਮੁਕਾਮ ਤੇ ਬੈਠ ਸਕਦੇ ਹੋ ਕਲਾਕਾਰ ਹੁੰਦੇ ਹੋਏ ਵੀ ਜਿੱਥੇ ਤੁਹਾਨੂੰ ਵੱਡੇ ਤੋਂ ਵੱਡਾ ਕਲਾਕਾਰ ਵੀ ਸਜਦਾ ਕਰਨ 'ਚ ਖੁਸ਼ੀ ਮਹਿਸੂਸ ਕਰਦਾ ਮੇਰੀ ਮੁਰਾਦ ਹੈ ਸੁਰਿੰਦਰ ਕੌਰ ਜੀ ਜ਼ੋਰਦਾਰ ਤਾੜੀਆਂ ਨਾਲ ਲੋਕ ਗੀਤ ਤੁਹਾਨੂੰ ਆਪਣੇ ਹਿੱਕ 'ਚ ਜਜ਼ਬ ਕਰਕੇ ਪੰਜਾਬੀਆਂ ਦੇ ਨਜ਼ਰ ਕਰਨ ਵਾਲੀ ਸਾਡੀ ਸਭ ਦੀ ਮਾਂ ਸੁਰਿੰਦਰ ਕੌਰ ਜੀ ਔਰ ਇਹਨਾਂ ਲਈ ਮੈਂ ਕਹਿਣਾ ਚਾਹਾਂਗੀ ਕਿ ਕੰਨੀ ਕਾਂਟੇ ਗੱਲ ਵਿੱਚ ਗਾਨੀ ਕੰਨੀ ਕਾਂਟੇ ਗੱਲ ਵਿੱਚ ਗਾਨੀ ਨਗ ਵਿੱਚ ਨਥਨੀ ਪਾਈ ਆ ਇਹ ਫੁੱਲਾਂ ਦੇ ਗੁਲਦਸਤੇ ਵਰਗੀ ਕੌਣ ਪਰੌਣੀ ਆਈ ਆ ਜ਼ੋਰਦਾਰ ਤਾੜੀਆਂ ਸੁਰਿੰਦਰ ਕੌਰ ਜੀ ਦੇ ਲਈ ਜਨਵੇ ਇੱਕ ਸ਼ੌਂਕਣ ਮੇਲੇ ਦੀ
ਵਿੱਚ